ਨਰਾਇਣਗੜ੍ਹ ਦੇ ਗੁਰਦੁਆਰਾ ਸਾਹਿਬ ਵਿੱਚ ਜੋ ਘਟਨਾ ਵਾਪਰੀ ਹੈ ਸੋਸ਼ਲ ਮੀਡੀਆ 'ਤੇ ਉਹ ਬੜੀ ਵਾਇਰਲ ਹੋਈ ਹੈ, ਜਿੱਥੋਂ ਕਿ ਸਿੱਖ ਹਿਰਦਿਆਂ 'ਚ ਜਿਹੜਾ ਬੜਾ ਰੋਸ ਹੈ ਕਿ ਅੱਜ ਤੱਕ ਇਹ ਪਹਿਲਾ ਮੌਕਾ ਹੈ ਕਿ CM ਦੀ ਸਿਕਿਉਰਿਟੀ ਵੱਲੋਂ ਗੁਰੂ ਘਰ ਵਿੱਚ ਜਾ ਕੇ ਜਿੱਥੇ ਮਹਾਰਾਜ ਦੇ ਸਰੂਪ ਦੀ ਔਰ ਰੁਮਾਲਿਆਂ ਤੱਕ ਸਭ ਦੀ ਜਿਹੜੀ ਹੈ ਤਲਾਸ਼ੀ ਲਈ ਗਈ ਹੈ। ਇੱਥੋਂ ਤੱਕ ਕਿ ਗੁਰੂ ਘਰ ਦੇ ਵਿੱਚ ਜਦੋਂ ਵੀ ਪ੍ਰਾਈਮ ਮਿਨਿਸਟਰ ਗਏ ਨੇ, ਮੋਦੀ ਸਾਹਿਬ, ਮਨਮੋਹਨ ਸਾਹਿਬ, ਇਹ ਸਾਰੇ ਜਦੋਂ ਵੀ ਗੁਰੂ ਘਰ ਜਾਂਦੇ ਨੇ ਉੱਥੇ ਗੁਰੂ ਘਰ ਦੀ ਮਰਿਆਦਾ ਜਿਹੜੀ ਉਹਨੂੰ ਧਿਆਨ 'ਚ ਰੱਖਿਆ ਜਾਂਦਾ ਹੈ। ਲੇਕਿਨ CM ਦੇ ਉੱਥੇ ਜਾਣ ਵਾਸਤੇ ਜਿਹੜੀ CM ਦੀ ਸਿਕਿਉਰਿਟੀ ਨੇ ਇਹ ਸਾਰੀ ਜਿਹੜੀ ਮਰਿਆਦਾ ਹੱਦ ਪਾਰ ਕਰਕੇ ਉੱਥੇ ਜਿਹੜੀ ਤਲਾਸ਼ੀ ਲਈ ਗਈ ਹੈ, ਇਹ ਨਿੰਦਣਯੋਗ ਹੈ ਕਿ CM ਖੁਦ ਨਰਾਇਣਗੜ੍ਹ ਦੇ ਹੀ ਵਾਸੀ ਨੇ ਔਰ ਉਹ ਜਿਹੜੇ ਨੇ ਗੁਰੂ ਘਰ ਦੀ ਮਰਿਆਦਾ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਲੇਕਿਨ ਇਸ ਦੇ ਬਾਵਜੂਦ ਜਿਹੜੀ ਇਹ ਘਟਨਾ ਵਾਪਰੀ ਹੈ ਅਸੀਂ ਉਹਦੀ ਪੁਰਜ਼ੋਰ ਨਿਖੇਧੀ ਕਰਦੇ ਹਾਂ ਔਰ ਇਹ ਮੰਗ ਕਰਦੇ ਹਾਂ ਕਿ ਐਸੀ ਅੱਗੇ ਤੋਂ ਘਟਨਾ ਨਾ ਵਾਪਰੇ ਔਰ ਇਸ ਦਾ ਜਿਹੜਾ ਸੰਗਿਆਨ ਉਹ ਲਿਆ ਜਾਣਾ ਚਾਹੀਦਾ। ਕੋਈ ਸ਼ਿਕਾਇਤ ਸਬੂਤ ਮਿਲੀ ਹੈ? ਸਾਨੂੰ ਸਾਰੇ ਜਿਹੜੇ ਸਿੱਖ ਜਥੇਬੰਦੀਆਂ ਨੇ ਉਹਨਾਂ ਵੱਲੋਂ ਸਾਨੂੰ ਰਿਪੋਰਟ ਜਿਹੜੀ ਹੈ ਇਹ ਆਈ ਹੈ ਕਿ ਉੱਥੇ ਇਹ ਮੰਦ ਘਟਨਾ ਵਾਪਰੀ ਹੈ। ਲੇਕਿਨ ਉਹ ਵੀਡੀਓ ਅਸੀਂ ਖੁਦ ਵੀ ਦੇਖੀ ਹੈ ਔਰ ਇਹ ਬਹੁਤ ਮੰਦਭਾਗੀ ਹੈ। ਇਹ ਜਿਹੜੀ ਰਿਪੋਰਟ ਹੈ ਕੱਲ੍ਹ ਤੱਕ ਪਹੁੰਚਾਵਾਂਗੇ ਕਿਉਂਕਿ ਗੁਰੂ ਘਰਾਂ ਦਾ ਜਿਹੜਾ ਅੱਜ ਇਤਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ਹੈ ਉਹ ਵੀ ਤਕਰੀਬਨ ਸਰਕਾਰ ਦੇ ਹੱਥਾਂ 'ਚ ਜਾਂ ਸਰਕਾਰੀ ਬੰਦਿਆਂ ਜਿਹੜਾ ਸੌਂਪਿਆ ਗਿਆ ਹੈ। ਪਿੱਛੇ 2 ਦਿਨ ਜਿਹੜੀ ਇਹ ਘਟਨਾ ਕਰਨਾਲ ਦੀ ਵੀ ਹੈ ਜਿੱਥੇ ਕਿ ਮਨੋਹਰ ਲਾਲ ਜੀ ਖੱਟਰ ਸਾਹਿਬ ਜਦੋਂ ਉੱਥੇ ਗਏ ਨੇ ਗੁਰਦੁਆਰਾ ਸਾਹਿਬ ਵਿੱਚ ਗੁਰਦੁਆਰਾ ਛੇਵੀਂ ਪਾਤਸ਼ਾਹੀ ਔਰ ਜੀਨ ਤੋਂ ਜਿੰਨੇ ਮੁਲਾਜ਼ਮ ਨੇ ਉਹਨਾਂ ਨੂੰ ਬਹਿਲਾ ਫਲਸਕਾ ਕੇ ਉੱਥੇ ਲਿਜਾਇਆ ਗਿਆ ਕਿ ਉੱਥੇ ਗੁਰਦੁਆਰੇ ਦੇ ਪ੍ਰਬੰਧ ਬਾਰੇ ਜਿਹੜੀ ਹੈ ਉਹ ਚਰਚਾ ਹੋਣੀ ਹੈ। ਲੇਕਿਨ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਉੱਥੇ ਇਲੈਕਸ਼ਨ ਦੇ ਸੰਬੰਧ ਵਿੱਚ ਗੁਰੂ ਘਰ ਵਿੱਚ ਖੱਟਰ ਸਾਹਿਬ ਆ ਰਹੇ ਨੇ ਔਰ ਉੱਥੇ ਜਾ ਕੇ ਉਹਨਾਂ ਨੂੰ ਇਹ ਉਸ ਪ੍ਰਬੰਧ ਦੇ ਵਿੱਚ ਜਿੱਥੇ ਲਿਜਾ ਕੇ ਇਹ ਉਹਨਾਂ ਨੂੰ ਸ਼ੋਅ ਕੀਤਾ ਗਿਆ ਵੀ ਇਹ ਸਾਰੇ ਜਿਹੜੇ ਨੇ ਇਹ ਆਮ ਬੰਦੇ ਨੇ ਜਿਹੜੇ ਸਾਡੇ ਨਾਲ ਆਏ ਨੇ ਔਰ ਤੁਹਾਡੀ ਸਪੋਰਟ 'ਤੇ ਆਏ ਨੇ ਔਰ ਇੱਕ ਬੜਾ ਹੀ ਇਹ ਜਿਹੜਾ ਸਟੈਪ ਹੈ ਇਹ ਬਹੁਤ ਮਾੜਾ ਹੈ। ਇਹ ਗੁਰੂ ਘਰਾਂ ਵੱਲੋਂ ਇਹ ਕਦੀ ਵੀ ਇਹੋ ਜਿਹਾ ਜਿਹੜਾ ਨਹੀਂ ਹੋਇਆ ਕਿਉਂਕਿ ਗੁਰੂ ਘਰ ਹੈ ਇਹ ਸਭ ਦਾ ਸਾਂਝਾ ਹੈ, ਹਰ ਕੋਈ ਜਾ ਸਕਦਾ ਹੈ। ਲੇਕਿਨ ਪੋਲੀਟੀਕਲੀ ਗੁਰੂ ਘਰ ਨੂੰ ਵਰਤਣਾ ਇਹ ਬਹੁਤ ਨਿੰਦਣਯੋਗ ਹੈ, ਅਸੀਂ ਇਸਦੀ ਭਰਪੂਰ ਜਿਹੜੀ ਹੈ ਨਿੰਦਾ ਕਰਦੇ ਹਾਂ। ਜਿਹੜੀ ਨਿਖੇਤੀ ਹੋਈ ਹੈ ਅੰਬਾਲਾ 'ਚ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਾਂ ਕੋਈ ਲੈਟਰ ਲਿਖੋ? ਅਕਾਲ ਤਖਤ ਸਾਹਿਬ ਨੂੰ ਅਸੀਂ ਇਹਦੀ ਰਿਪੋਰਟ ਜਿਹੜੀ ਹੈ ਉਹ ਸਾਰੀ ਭੇਜਾਂਗੇ ਤਾਂ ਕਿ ਅੱਗੋਂ ਤੋਂ ਜਿਹੜੀ ਇਹ ਘਟਨਾ ਹੁਣ ਹੋਏ ਸਿੰਘ ਸਾਹਿਬ ਜਿਹੜੇ ਨੇ ਉਹ ਇਸ 'ਤੇ ਆਪਣਾ ਪੂਰਾ ਜਿਹੜਾ ਸੰਗਿਆਨ ਲੈਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਪਿਛਲੇ ਕੁਝ ਦਿਨਾਂ ਪਹਿਲਾਂ ਹਰਿਆਣੇ ਦੇ ਵਿੱਚ ਅੰਬਾਲੇ ਜ਼ਿਲ੍ਹੇ 'ਚ ਨਰਾਇਣਗੜ੍ਹ ਕਸਬਾ ਉੱਥੇ ਗੁਰਦੁਆਰਾ ਸਾਹਿਬ ਰਾਤਗੜ੍ਹ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਉੱਥੋਂ ਦੀ ਸੰਗਤ ਮਨਾ ਰਹੀ ਸੀ। ਉੱਥੇ ਉਸ ਹਲਕੇ ਤੋਂ ਪਹਿਲਾਂ ਜਿਹੜੇ MLA ਵੀ ਬਣੇ, ਮੰਤਰੀ ਵੀ ਬਣੇ, ਅੱਜ ਕੱਲ੍ਹ CM ਨੇ ਨਾਇਬ ਸੈਣੀ ਜੀ, ਉਹਨਾਂ ਨੇ ਉਸ ਗੁਰੂ ਘਰ ਮੱਥਾ ਟੇਕਣ ਜਾਣਾ ਸੀ, ਗੁਰੂ ਘਰ 'ਚ ਆਸ਼ੀਰਵਾਦ ਲੈਣ ਵਾਸਤੇ ਜਾਣਾ ਸੀ।
ਪਰ ਹੈਰਾਨਗੀ ਅਤੇ ਬੜੇ ਦੁੱਖ ਦੀ ਅਤੇ ਬਹੁਤ ਹੀ ਮਾੜੀ ਘਟਨਾ ਉੱਥੇ ਵਰਤੀ ਵਾਪਰੀ ਕਿ ਜਿੰਨੀ ਜਿਹੜੀ ਇਹਦੀ ਸੀ ਐੱਮ ਦੀ ਸਿਕਿਉਰਿਟੀ ਐਡਵਾਂਸ ਜਾਂਦੀ ਹੈ ਉਹਨਾਂ ਨੇ ਚੱਲਦੇ ਸਮਾਗਮ 'ਚ ਗੁਰੂ ਗ੍ਰੰਥ ਸਾਹਿਬ ਦੀ ਤਲਾਸ਼ੀ ਲਈ ਉੱਥੇ ਗੁਰੂ ਘਰ ਦੇ ਜਿਹੜੀ ਮਰਿਆਦਾ ਵਾ ਉਸ ਨੂੰ ਬਹੁਤ ਬੁਰੀ ਤਰ੍ਹਾਂ ਭੰਗ ਕੀਤਾ ਔਰ ਹੈਰਾਨਗੀ ਦੀ ਗੱਲ ਆ ਕਿ ਉਹ ਨਾਇਬ ਸੈਣੀ ਜਿਹੜਾ ਸਿੱਖਾਂ ਦੀਆਂ ਵੋਟਾਂ ਨਾਲ MLA ਬਣਦਾ ਰਿਹਾ ਉਸ ਹਲਕੇ ਤੋਂ ਉਹਦੀ ਸਿਕਿਉਰਿਟੀ ਨੇ ਇਹੋ ਜਿਹਾ ਮਦਭਾਗਾ ਕੰਮ ਕੀਤਾ। ਇਹਦੇ ਨਾਲ ਸਮੁੱਚੇ ਹਰਿਆਣੇ ਦੇ ਨਹੀਂ ਸਮੁੱਚੇ ਦੇਸ਼ ਅਤੇ ਵਿਦੇਸ਼ਾਂ 'ਚ ਬੈਠੇ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਸੰਗਤ ਆ ਉਹਨਾਂ ਦੇ ਮਨਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ। ਔਰ ਮੈਂ ਇਹ ਨਾਇਬ ਸੈਣੀ ਨੂੰ ਵੀ ਕਹਾਂਗਾ ਹਰਿਆਣਾ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਉਹਨੂੰ ਜਿਨ੍ਹਾਂ ਬੰਦਿਆਂ ਨੇ ਇਹ ਘਟਨਾ ਉੱਥੇ ਨੂੰ ਇਹਨੂੰ ਅੰਜ਼ਾਮ ਦਿੱਤਾ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਤਾਂ ਕਿ ਅੱਗੇ ਤੋਂ ਕੋਈ ਇਹੋ ਜਿਹੀ ਜ਼ਰੂਰਤ ਨਾ ਕਰ ਸਕੇ। ਔਰ ਨਾਇਬ ਸੈਣੀ ਨੂੰ ਖੁਦ ਵੀ ਚਾਹੀਦਾ ਬੀਂਗ ਇੱਕ ਨਿਮਾਣਾ ਸਿੱਖ ਹੁੰਦਿਆਂ ਹੋਇਆ ਗੁਰੂ ਘਰ ਨਤਮਸਤਕ ਹੋਣ ਗਿਆ ਉਹਨੂੰ ਵੀ ਇਸ ਘਟਨਾ ਦੀ ਮਾਫ਼ੀ ਸਮੁੱਚੀ ਸਿੱਖ ਸੰਗਤ ਤੋਂ ਮੰਗਣੀ ਚਾਹੀਦੀ ਆ ਤਾਂ ਕਿ ਸਮੁੱਚੀ ਕੌਮ ਦੇ ਵਿੱਚ ਇਹ ਜਿਹੜਾ ਅੱਗ ਬਲੀ ਆ ਇਹਨੂੰ ਬੁਝਾਇਆ ਜਾ ਸਕੇ ਇਹਨੂੰ ਸ਼ਾਂਤ ਕੀਤਾ ਜਾ ਸਕੇ। ਧਰਮ ਪ੍ਰਚਾਰ ਦਾ ਤੁਸੀਂ ਵੇਖਦੇ ਹੋ ਤਾਂ SGPC ਦਾ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਹਾਂ ਉਹ ਮੈਂਬਰ ਹੋਣ ਦੇ ਨਾਤੇ ਜਿਹੜੀ ਹਰਿਆਣੇ ਦੇ ਸਿੱਖਾਂ ਦੀ ਇਹ ਆਵਾਜ਼ ਆ ਜਾਂ ਸਮੁੱਚੀ ਸੰਗਤ ਦੀ ਇਹ ਆਵਾਜ਼ ਆ ਅਸੀਂ ਇਹਦੀ ਡਿਟੇਲ 'ਚ ਵੈਰੀਫਿਕੇਸ਼ਨ ਕਰਕੇ ਉਸ ਜਿਹੜੀਆਂ ਵੀਡੀਓ ਆਈਆਂ ਉਹਨਾਂ ਨੂੰ ਦੇਖ ਕੇ ਵੀ ਉੱਥੋਂ ਦੀ ਸੰਗਤ ਦੇ ਨਾਲ ਵੀ ਸੰਪਰਕ ਕਰਕੇ ਜਿਹੜੇ ਮੌਕੇ 'ਤੇ ਮੌਜੂਦ ਸੀ ਅਸੀਂ ਇਹਦੀ ਇੱਕ ਡਿਟੇਲ ਰਿਪੋਰਟ ਬਣਾ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਭੇਜਾਂਗੇ ਔਰ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਹੋ ਜਿਹੀਆਂ ਗਲਤ ਹਰਕਤਾਂ ਕਰਨ ਵਾਲਿਆਂ 'ਤੇ ਸਖ਼ਤ ਕਦਮ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਅਸੀਂ ਉੱਥੇ ਜ਼ਰੂਰ ਜਾ ਕੇ ਉੱਥੇ ਦੀ ਸੰਗਤ ਨੂੰ ਲੈ ਨੂੰ ਮਿਲ ਕੇ ਜਿਹੜਾ ਉੱਥੇ ਮਦਭਾਗੀ ਘਟਨਾ ਵਾਪਰੀ ਆ ਉਹਦੀ ਜ਼ਰੂਰ ਇਨਕੁਆਇਰੀ ਕਰਾਂਗੇ ਔਰ ਇਨਕੁਆਇਰੀ ਰਿਪੋਰਟ ਬਣਾ ਕੇ ਅਕਾਲ ਤਖ਼ਤ ਸਾਹਿਬ 'ਤੇ ਭੇਜਾਂਗੇ। ਜਿਹੜੀ ਇਹ ਮਦਭਾਗੀ ਘਟਨਾ 29 ਤਰੀਕ ਨੂੰ ਵਾਪਰੀ ਸੀ ਜਿਹੜੀ ਨਾਰਾਇਣਗੜ੍ਹ ਗੁਰਦੁਆਰਾ ਸਾਹਿਬ ਵਿੱਚ ਉਹਦੇ ਰੋਸ ਸਰੂਪ ਕੱਲ੍ਹ ਸਾਡੀ ਇੱਕ ਸਿੱਖ ਸੰਗਤਾਂ ਦੀ ਇੱਕ ਮੀਟਿੰਗ ਗੁਰੂ ਨਾਨਕ ਦਰਬਾਰ ਵਿੱਚ ਹੋਈ ਸੀ ਜਿੱਥੇ ਸੈਂਕੜੇ ਸੰਗਤ ਸਾਡੀ ਇਕੱਠੀ ਹੋਈ ਸੀ ਅਤੇ ਉੱਥੇ ਇਹ ਭਾਅ ਜੀ ਅਮੀਰ ਸਿੰਘ ਜੀ, ਜਸਦੀਪ ਰੰਧਾਵਾ ਐਡਵੋਕੇਟ, ਹਰਮਨ ਬੂਟਰ ਜੀ ਅਤੇ ਵੜੈਸ ਸਾਹਿਬ ਦੇ ਕਈ ਸਿੱਖ ਸੰਗਤਾਂ ਇਕੱਠੀਆਂ ਹੋਈਆਂ। ਉੱਥੇ ਇਹ ਫੈਸਲਾ ਕੀਤਾ ਗਿਆ ਕਿ ਇੱਕ ਮੈਮੋਰੈਂਡਮ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਸੀਂ ਦੇਵਾਂਗੇ ਜਿਹਦੇ ਵਿੱਚ ਇਹ ਡਿਮਾਂਡ ਕੀਤੀ ਜਾਏਗੀ ਕਿ ਅੱਗੇ ਤੋਂ ਭਵਿੱਖ ਵਿੱਚ ਇਸ ਤਰੀਕੇ ਦੀ ਕੋਈ ਮਦਭਾਗੀ ਘਟਨਾ ਨਹੀਂ ਹੋਣੀ ਚਾਹੀਦੀ। ਜਿਹੜੇ ਸਿਕਿਉਰਿਟੀ ਵਾਲੇ ਬੰਦੇ ਚਮੜੇ ਦੇ ਪਾ ਕੇ ਵਸਤਰ ਜਾਂ ਕੋਈ ਜਿਸ ਤਰੀਕੇ ਨਾਲ ਬੀੜੀ ਤੰਬਾਕੂ ਲਾ ਕੇ ਅੰਦਰ ਐਂਟਰੀ ਕਰ ਜਾਂਦੇ ਨੇ ਔਰ ਮਹਾਰਾਜ ਦੇ ਤਾਬਿਆਂ ਵਿੱਚ ਤਾਂ ਕੋਈ ਜਾ ਹੀ ਨਹੀਂ ਸਕਦਾ। ਇਸ ਤਰੀਕੇ ਦਾ ਕੋਈ ਨਾ ਕੋਈ ਕੋਈ ਕਾਨੂੰਨ ਬਣਨਾ ਚਾਹੀਦਾ ਔਰ ਸਖ਼ਤ ਐਕਸ਼ਨ ਅਕਾਲ ਤਖ਼ਤ ਜਥੇਦਾਰ ਸਾਹਿਬ ਨੂੰ ਲੈਣਾ ਚਾਹੀਦਾ ਕਿ ਕੋਈ ਵੀ ਭਵਿੱਖ ਵਿੱਚ ਜਿਹੜੀ ਵੀ ਪੁਲਿਸ ਹੈ ਜਾਂ ਕੋਈ ਸਿਕਿਉਰਿਟੀ ਅਫੀਸਰ ਹੈ ਉਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੋਂ ਬਾਹਰ ਰਹਿਣ, ਅੰਦਰ ਕੋਈ ਐਂਟਰੀ ਨਾ ਕਰੇ ਤਾਂ ਕਿ ਸਾਡੀ ਮਰਿਆਦਾ ਗੁਰੂ ਸਾਹਿਬ ਦੀ ਮਰਿਆਦਾ ਜਿਹੜੀ ਹੈ ਬਹੁਤ ਉੱਪਰ। ਉਹ ਕਹਿੰਦੇ ਆ ਜੀ CM ਦਾ ਪ੍ਰੋਟੋਕੋਲ ਹੁੰਦਾ, CM ਦੇ ਪ੍ਰੋਟੋਕੋਲ ਤੋਂ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰੋਟੋਕੋਲ ਬਹੁਤ ਉੱਪਰ ਹੈ, CM ਕੁਛ ਵੀ ਨਹੀਂ ਉਹਦੇ ਅੱਗੇ ਅਤੇ ਸਾਡੇ ਗੁਰੂ ਸਾਹਿਬ ਦੀ ਜਿਹੜੀ ਮਰਿਆਦਾ ਉਹ ਸਰਵੋਪਰੀ ਹੈ। ਉਹਦਾ ਸਾਰੀ ਸਿੱਖ ਸੰਗਤ 'ਚ ਬਹੁਤ ਜ਼ਿਆਦਾ ਰੋਸ਼ ਹੈ ਕਿ ਔਰ ਜਿਹੜੇ ਅੱਜ ਕੱਲ੍ਹ ਦੀਆਂ ਕਮੇਟੀਆਂ ਇਹ ਵੀ ਉਸ ਕਮੇਟੀ ਨਾਰਾਇਣਗੜ੍ਹ ਦੀ ਕਮੇਟੀ ਨੂੰ ਅਕਾਲ ਤਖ਼ਤ ਸਾਹਿਬ ਦੇ ਡੈਲੀਗੇਸ਼ਨ ਜਿਹੜਾ ਉਹ ਪੁੱਛੇ ਵੀ ਤੁਸੀਂ ਆਪਣੇ ਰਾਜਨੀਤਿਕ ਫਾਇਦਿਆਂ ਵਾਸਤੇ ਜਿੰਨੀਆਂ ਵੀ ਕਮੇਟੀਆਂ ਨੇ ਇਹ ਜਿਹੜੇ ਵੀ ਲੀਡਰ ਹੁੰਦੇ ਨੇ ਉਹਨਾਂ ਦੀ ਅਜਿਹੀ ਹਜ਼ੂਰੀ ਕਰਕੇ
ਕਿਤਾਬਿਆਂ ਨੂੰ ਭੁੱਲ ਜਾਂਦੇ ਨੇ ਅਤੇ ਇਸ ਚੀਜ਼ ਦਾ ਬੜਾ ਸੰਗਤ ਰੋਸ਼ ਹੈ। ਔਰ ਹਰਿਆਣਾ ਕਮੇਟੀ ਜਿਹੜੀ ਸਾਡੇ ਸਿੱਖਾਂ ਦੇ ਭਲੇ ਵਾਸਤੇ ਬਣੀ ਸੀ ਔਰ ਸਰਕਾਰੀ ਪਰਿੰਦੇ ਨੇ ਕਿਸਮ ਦੇ ਜਿਹੜੇ ਚੁਣੇ ਹੋਏ ਨਹੀਂ ਹੈਗੇ, ਉਸ ਸਰਕਾਰੀ ਬੰਦਿਆਂ ਨੇ ਹੁਣ ਤੱਕ ਕੋਈ ਵੀ ਇਸ ਚੀਜ਼ ਉੱਤੇ ਕੋਈ ਐਕਸ਼ਨ ਨਹੀਂ ਲਿਆ, ਨਾ ਉਹਨਾਂ ਨੇ ਕਾਰਵਾਈ ਕੀਤੀ, ਨਾ ਉਹਨਾਂ ਨੇ ਉੱਥੋਂ ਦੀ ਕਮੇਟੀ ਨੂੰ ਪੁੱਛੀ। ਜਦਕਿ ਸਾਡੀ ਕਮੇਟੀ 'ਚੋਂ ਅਮੀਰ ਸਿੰਘ ਜੀ ਨੇ ਜਾ ਕੇ ਉਹਨਾਂ ਸਾਰੇ ਬੰਦਿਆਂ ਨੇ ਇਨਕੁਆਇਰੀ ਕੀਤੀ ਹੈ, ਪਤਾ ਕੀਤਾ ਫੋਨ 'ਤੇ, ਜਿੰਨੇ ਉਹ ਮੈਨੇਜਮੈਂਟ ਵਾਲੇ ਸੀਗੇ ਨਰਾਇਣਗੜ੍ਹ ਗੁਰਦੁਆਰਾ ਸਾਹਿਬ ਦੇ, ਪਰ ਉਹ ਕੋਈ ਚੰਗਾ ਪੂਰਾ ਵਧੀਆ ਜਵਾਬ ਨਹੀਂ ਦੇ ਪਾਏ। ਅਤੇ ਇਸ ਚੀਜ਼ ਦਾ ਹੁਣ ਅੱਗੇ ਤੋਂ ਅਸੀਂ ਅੱਜ ਸਾਡੇ ਵਾਈਸ ਪ੍ਰਧਾਨ ਨੇ ਸਰਦਾਰ ਹਰਭਜਨ ਸਿੰਘ ਮਸਾਣਾ ਸ਼੍ਰੋਮਣੀ ਕਮੇਟੀ ਦੇ ਔਰ ਜਥੇਦਾਰ ਤੇਜਿੰਦਰ ਸਿੰਘ ਜੀ ਲਾਡਵਾ ਧਰਮ ਪ੍ਰਚਾਰ ਕਮੇਟੀ ਦੇ, ਇਹਨਾਂ ਨੂੰ ਅਸੀਂ ਅੱਜ ਇੱਕ ਮੈਮੋਰੈਂਡਮ ਦੇਣ ਆਏ ਹਾਂ ਕਿ ਸਾਡੀ ਆਵਾਜ਼ ਜਿਹੜੀ ਆ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਪਹੁੰਚਾਈ ਜਾਵੇ ਸੰਗਤ ਦੀ, ਤਾਂ ਕਿ ਫਿਊਚਰ 'ਚ ਇਹੋ ਜਿਹੀ ਕੋਈ ਘਟਨਾ ਨਾ ਹੋਵੇ ਔਰ ਸਾਡੀ ਜਿਹੜੀ ਹੈ ਮਹਾਰਾਜ ਦਾ ਮਾਨ ਸਨਮਾਨ ਬਣਿਆ ਰਹੇ, ਸਿੱਖ ਧਰਮ ਦਾ ਬਣਿਆ ਰਹੇ।